ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡੇ ਦੋਸਤ ਅਤੇ ਹੋਸ਼। ਅਸੀਂ ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਹੈ ਧਰਮਾ ਪ੍ਰੋਡਕਸ਼ਨ ਯਾਨੀ ਕਿ ਕਰਨ ਜੌਹਰ ਜੀ ਵੱਲੋਂ। ਜੀ ਹਾਂ ਦੋਸਤੋ, ਇਹ ਬੋਲੀਵੁੱਡ ਦੀ ਨਵੀਂ ਅਪਡੇਟ ਹੈ ਕਿ ਉਹ ਇੱਕ ਨਵੀਂ ਫਿਲਮ ਰਿਲੀਜ਼ ਕਰਨ ਜਾ ਰਹੇ ਹਨ, ਜਿਸਦਾ ਨਾਮ ਹੈ ਭੂਤ। ਟੈਗਲਾਈਨ ਹੈ ਦੀ ਹੌਂਟਡ ਸ਼ਿਪ। ਸੋ ਦੋਸਤੋ, ਇਹ ਟੈਗਲਾਈਨ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਸ਼ਿਪ ਵਿੱਚ ਬਣੀ ਹੋਈ ਮੂਵੀ ਹੈ, ਜੋ ਕਿ ਭੂਤ ਯਾਨੀ ਹੋਰਰ ਫਿਲਮ ਹੋਏਗੀ ਇਹ। ਅਤੇ ਇਹ 15 ਨਵੰਬਰ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਅੰਡਰ ਦੀ ਬੈਨਰ ਧਰਮਾ ਪ੍ਰੋਡਕਸ਼ਨ। ਇਹਦੇ ਵਿੱਚ ਲੀਡ ਰੋਲ ਕਰ ਰਹੇ ਹਨ ਵਿੱਕੀ ਕੌਸ਼ਲ ਜੀ, ਜਿਨ੍ਹਾਂ ਦੀ ਅਦਾਕਾਰੀ ਸਭ ਨੂੰ ਪਤਾ ਹੀ ਹੈ ਕਿ ਬਿਹਤਰੀਨ ਅਦਾਕਾਰ ਹਨ। ਅਤੇ ਇਸ ਨੂੰ ਡਾਇਰੈਕਟ ਕੀਤਾ ਹੈ ਬਾਨੂ ਪ੍ਰਤਾਪ ਸਿੰਘ ਜੀ ਨੇ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਅਤੇ ਸਾਨੂੰ ਕਮੈਂਟ ਸੈਕਸ਼ਨ ਇਹ ਜ਼ਰੂਰ ਦੱਸਿਓ ਕਿ ਕੌਣ ਇਹ ਫਿਲਮ ਦੇਖਣ ਜਾ ਰਿਹਾ ਹੈ, ਜੋ ਕਿ ਧਰਮਾ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈ। ਇਹਦੀ ਰਿਲੀਜ਼ਿੰਗ ਡੇਟ 15 ਨਵੰਬਰ ਹੈ। ਕੌਣ ਇਸ ਨੂੰ ਦੇਖਣ ਜਾ ਰਿਹਾ, ਸਾਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸ ਦਿਓ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਬੋਲੀਵੁੱਡ ਅਤੇ ਪੋਲੀਵੁੱਡ ਦੀਆਂ ਸਾਰੀ ਮੇਜਰ ਅਪਡੇਟਸ ਮਿਲਦੀਆਂ ਰਹਿਣ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।